माशाल्लाह नजर इन्हां दी कमजोर लग रही, तुसीं दोनों लगता काफी तहकीक करते जे। नाजरीन इमरान खान साहब वर्गे बंदे एडे असूल पसंद होंदे ने कि बारिश विच भी बूटियां नूं पानी दे रहे होंदे ने। क्या करे तुहाडे ते सुनाओ अजकल की कर रहे जे? मैं सिर्फ पंच चुगलियां कर रहा अजकल। ओह नो, ते जिहड़ा तुहानूं झाड़ू फेरन दा काम दित्ता सी ओह बंद कर दो जी। तुहाडे वर्गी लड़की डॉक्टर कोल गई, कहिंदी मैं प्लास्टिक सर्जरी करवानी है ते किन्ने पैसे लगणगे? ते डॉक्टर ने कहा 5 लाख। ते अगो कहिंदी जे प्लास्टिक साडे कोल अपना होवे ते फिर जानू बाबा। अज असी सज्जना मित्रां नाल गल करांगे कि जन्नत मिर्जा ने जिहड़ा मैं क्या कंट्रोवर्सी क्रिएट कीती है, जिहड़ा उन्होंने क्रॉस नूं निशाने मुकद्दसा नूं उन्होंने अपनी बेल्ट दे नाल बन्ने होया सी। ਜਦੋਂ ਉਹਨਾਂ ਨੇ ਮੈਂ ਕਿਹਾ ਟਵੀਟ ਕੀਤਾ ਤੇ ਬੁਸ਼ਰਾ ਅਨਸਾਰੀ ਨੇ ਆ ਕੇ ਉਹਨਾਂ ਦੀ ਕਲਾਸ ਲਈ ਤੇ ਬੁਸ਼ਰਾ ਅਨਸਾਰੀ ਸਾਹਿਬਾਂ ਨੇ ਉਹਨਾਂ ਨੂੰ ਕਿਹਾ ਕਿ ਜਾਹਲ ਟਿਕਟੌਕ ਕਰੇ। ਤੇ ਉਹਦੇ ਬਾਅਦ ਫਿਰ ਜੰਨਤ ਮਿਰਜ਼ਾ ਨੇ ਬੜੀਆਂ ਗੱਲਾਂ ਕਹੀਆਂ, ਉਹ ਸਾਡੀ ਸੀਨੀਅਰ ਅਦਾਕਾਰ ਏ ਤੇ ਉਹਦੀ ਬੜੀ ਬੇਇੱਜ਼ਤੀ ਕੀਤੀ। ਆਓ ਲੋਕਾਂ ਨੂੰ ਪੁੱਛਦੇ ਆ ਜਾ ਕੇ ਕਿ ਲੋਕ ਇਹਦੇ ਬਾਰੇ 'ਚ ਕੀ ਕਹਿੰਦੇ ਨੇ, ਤੇ ਆਓ ਜਾਨੂ ਬਾਬਾ ਦੇ ਨਾਲ। ਮੈਂ ਕਿਹਾ ਜੰਨਤ ਮਿਰਜ਼ਾ ਨੇ ਬੁਸ਼ਰਾ ਅਨਸਾਰੀ ਸਾਹਿਬ ਨੂੰ ਕੀ ਕੁਛ ਕਹਿ ਦਿੱਤਾ ਹੈ, ਜ਼ਰਾ ਇਹਦੇ ਬਾਰੇ ਦੱਸੋ। ਸਰ ਪਹਿਲੇ ਤਾਂ ਗੱਲ ਇਹ ਕਿ ਜਿਹੜੀ ਬੁਸ਼ਰਾ ਅਨਸਾਰੀ ਸਾਹਿਬ ਹੈ ਨਾ, ਸਿੱਖ ਸੀਨੀਅਰ ਹੈਗੇ ਨੇ, ਉਹਨਾਂ ਰਿਸਪੈਕਟ ਹੋਣੀ ਚਾਹੀਦੀ। ਜਿਹੜਾ ਵੀ ਗਿਆ ਜਨਰਲ ਮਿਰਜ਼ਾ ਕੱਲ੍ਹ ਦੀ ਬੱਚੀ ਹੈ ਵਿਚਾਰੀ, ਉੱਠ ਕੇ ਉਹ ਐਵੇਂ ਉਹਦੇ ਫੋਲੋਅਰ ਬਣ ਗਏ। ਤੁਹਾਨੂੰ ਪਤਾ ਟਿਕਟੌਕ ਕੁਛ ਚੀਜ਼ ਨਹੀਂ ਗੀ ਨਹੀਂ। ਤੇ ਤੁਹਾਡਾ ਪਹਿਲਾ ਕਾਰੋਬਾਰ ਕੀ ਸੀ? ਪਹਿਲੇ ਭਾਈ ਜੀ ਮੇਰੇ ਪੋਲਟਰੀ ਫਾਰਮ ਦਾ ਕਾਰੋਬਾਰ ਸੀ। ਮਾਰੋ ਮੁਝ, ਮਾਰੋ ਮਾਰੋ ਮੁਝ, ਮਾਰੋ ਭਾਈ ਜੀ। ਕੀ ਮੇਰੇ ਪੋਲਟਰੀ ਫਾਰਮ? ਪੋਲਟਰੀ ਫਾਰਮ ਤੁਹਾਡਾ ਵੇਖਿਆ, ਮੈਨੂੰ ਪਤਾ ਤੁਸੀਂ ਪਾਰਟੀ ਵਿੱਚ 4 ਚੂਚੇ ਰੱਖ ਕੇ ਉਹਨਾਂ ਦੇ ਹਰਾ ਨੀਲਾ ਰੰਗ ਲਾ ਕੇ ਵੀਡੀਓ ਸੋ ਪਾਰਟੀ 'ਚ ਵੇਚਣ ਦੇ ਸੋ ਵੀਡੀਓ ਸੋ ਲਾ ਲਾ ਦੱਸ। ਮੈਂ ਕਿਹਾ ਵੇਚਣ ਦੇ ਸੋ? ਉਹ ਯਾਰ ਉਹ ਫੇਰ ਕੀ ਗੱਲ ਹੋਈ ਜੇ ਰਿਕਾਰਡ ਹੋ ਗਿਆ ਤਾਂ? ਮੈਂ ਕਿਹਾ ਤੁਸੀਂ ਉੱਥੇ ਕਿਹੜਾ ਕੰਮ ਫੜਿਆ ਸੀ? ਨਾ ਨਾ ਭਾਈ ਸੱਚ ਬੋਲਣਾ। ਯਾਰ ਉਹ ਦੋ ਚੂਚੇ ਤੁਸੀਂ ਤਾਂ ਨਹੀਂ ਲੈ ਕੇ ਗਏ? ਨਹੀਂ ਮੈਂ ਚੂਚੇ ਤੁਹਾਡੇ ਕੋਲ ਕੀ ਲੈ ਕੇ ਗਿਆ? ਬਿਮਾਰ ਦੇ ਚੂਚੇ ਤੁਸੀਂ ਲਾ ਕੇ ਬੈਠੇ ਸੋ, ਇੱਕ ਹਰੇ ਰੰਗ ਦਾ ਕਿ ਨੀਲੇ ਰੰਗ ਦਾ ਹੈ? ਹਾਂ ਤੇ ਕਾਲਾ ਤੇ ਪੀਲਾ ਜਿਹੜਾ ਸੀ ਉਹ ਗੁਆਚੇ ਸਨ ਮੇਰੇ ਜੀ ਚੂਚੇ। ਸੱਚ ਮਾਰੋ! ਉਹ ਉਹਨਾਂ ਦਾ ਭਾਣ ਮੈਨੂੰ ਕੋਈ ਨਹੀਂ ਜੇ ਪਤਾ। ਲੋ ਜਨਾਬ ਇਹਨਾਂ ਨਾਲ ਪਿਆਰ ਦੀ ਸਾਂਝ ਪਾਈ ਤੇ ਆਓ ਅੱਗੇ ਚੱਲੀਏ। ਜਿਹੜੀ ਜੰਨਤ ਮਿਰਜ਼ਾ ਨੇ ਬੁਸ਼ਰਾ ਅਨਸਾਰੀ ਸਾਹਿਬਾ ਦੇ ਬਾਰੇ ਨਜ਼ੇਬਾ ਅਲਫਾਜ਼ ਬਿਆਨ ਕੀਤੇ ਨੇ, ਉਹਦੇ ਬਾਰੇ ਤੁਹਾਡੇ ਕੀ ਵਿਊਜ਼ ਨੇ? ਬਹੁਤ ਅਫਸੋਸ ਕੀ ਬਾਤ ਹੈ, ਹਮਾਰੇ ਲੈਜੈਂਡਸ ਕੋ ਉੱਠ ਕੇ ਬਾਤ ਕਰਨਾ, ਸੀਨੀਅਰਸ ਕੋ ਬਾਤ ਕਰਨੇ ਕਾ ਜੂਨੀਅਰਸ ਕਾ ਕੋਈ ਕੰਮ ਨਹੀਂ ਹੈ। ਓਕੇ। ਔਰ ਫਸਟ ਥਿੰਗ ਇਜ਼ ਡੈਟ ਕਿ ਇਹ ਲੋਕ ਟਿਕਟੌਕ ਕੇ ਜ਼ਰੀਏ ਆਜ ਆਗੇ ਬੜੇ ਹੈ, ਔਰ ਉਹਨੇ ਇਤਨੇ ਸਾਲ ਦੀ ਹੈ ਹਮ ਲੋਗੋਂ ਕੇ ਪਾਕਿਸਤਾਨ ਕੋ ਔਰ ਹਮਾਰੇ ਪਾਕਿਸਤਾਨ ਕਾ ਨਾਮ ਰੋਸ਼ਨ ਕੀਆ, ਔਰ ਜੰਨਤ ਮਿਰਜ਼ਾ ਵਗੈਰਾ ਕਾ ਕੋਈ ਕੰਮ ਨਹੀਂ ਬਨਤਾ ਕਿ ਉੱਠ ਕੇ ਇਸ ਕਿਸਮ ਕੀ ਬਾਤੇਂ ਕਰੇ, ਔਰ ਜੰਨਤ ਮਿਰਜ਼ਾ ਨੇ ਇਸ ਕਿਸਮ ਕੀ ਬਾਤੇਂ ਕਰਕੇ ਸਿਰਫ ਆਪਣਾ ਜ਼ਰਫ ਦਿਖਾਇਆ ਹੈ। ਜੰਨਤ ਮਿਰਜ਼ਾ ਕਾ ਔਰ ਉਨਕਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ ਨਾ, ਬਿਲਕੁਲ ਹੀ ਨਹੀਂ ਹੈ। ਇਹ ਕਵਲ ਅਫਤਾਬ, ਇਹ ਜੰਨਤ ਮਿਰਜ਼ਾ, ਐਕਸ ਵਾਈ ਜ਼ੀ, ਇਹ ਲੋਕ ਜੋ ਵੀ ਹੈ ਜੀ ਸਾਡੇ ਨਾਲ। ਮੈਂ ਕਿਹਾ ਬਹੁਤ ਵੱਡੀ ਇੱਕ ਹਸਤੀ ਮੌਜੂਦ ਨੇ ਜਿਹੜੇ ਪਾਕਿਸਤਾਨ ਟੈਲੀਵਿਜ਼ਨ, ਫਿਲਮ ਔਰ ਸ਼ੋਬਿਜ਼ ਦੇ ਬਹੁਤ ਮੰਨੇ ਪਰਮੰਨੇ ਆਰਟਿਸਟ ਨੇ, ਅਤੇ ਇਹਨਾਂ ਨੂੰ ਪੁੱਛਾਂਗੇ ਕਿ ਜੰਨਤ ਮਿਰਜ਼ਾ ਨੇ ਜਿਹੜੀ ਹਰਜ਼ਾ ਸਰਾਈ ਕੀਤੀ ਹੈ ਜਨਾਬ ਬੁਸ਼ਰਾ ਅਨਸਾਰੀ ਸਾਹਿਬਾ ਦੇ ਮੁਤਲਕ, ਉਹਨਾਂ ਦੇ ਵਿਊਜ਼ ਕੀ ਨੇ? ਜਾਨੋ ਬਾਬਾ, ਸਭ ਤੋਂ ਪਹਿਲੇ ਤਾਂ ਇਹ ਗੱਲ ਹੈ, ਸਾਡੇ ਮੁਲਕ 'ਚ ਇੱਕ ਬੜਾ ਵੱਡਾ ਮਸਲਾ ਹੈ ਨਾ, ਅਸੀਂ ਬਹੁਤ ਜਲਦੀ ਔਕਾਤੋਂ ਬਾਹਰ ਹੋ ਜਾਂਦੇ ਹਾਂ। ਅੱਛਾ। ਬੁਸ਼ਰਾ ਅਨਸਾਰੀ ਇੱਕ ਬੜਾ ਵੱਡਾ ਨਾਂ ਹੈ, ਨਾਲੇ ਇਹ ਬੜੀ ਹੀ ਬੁਰੀ ਗੱਲ ਹੈ। ਆਪਣੇ ਕੰਮ ਨਾਲ ਕੰਮ ਰੱਖੋ, ਤੇਰੇ ਇੰਨੇ ਫਾਲੋਅਰਸ ਨੇ, ਤੈਨੂੰ ਕੀ ਜ਼ਰੂਰਤ ਹੈ ਕਿਸੇ ਦੇ ਨਾਲ ਤੂੰ ਪੰਗਾ ਲਵੇਂ? ਜੀ ਬਿਲਕੁਲ ਸਹੀ ਕਹਿ ਰਹੇ ਜੇ। ਨਾਜ਼ਰੀਨ ਇਮਰਾਨ ਖਾਨ ਸਾਹਿਬ ਵਰਗੇ ਬੰਦੇ ਐਡੇ ਅਸੂਲ ਪਸੰਦ ਹੁੰਦੇ ਨੇ ਕਿ ਬਾਰਿਸ਼ ਵਿੱਚ ਵੀ ਬੂਟਿਆਂ ਨੂੰ ਪਾਣੀ ਦੇ ਰਹੇ ਹੁੰਦੇ ਨੇ। ਕਿਆ ਕਹਿਣਾ ਤੁਹਾਡੇ? ਜੰਨਤ ਮਿਰਜ਼ਾ ਨੇ ਜਿਹੜਾ ਬੁਸ਼ਰਾ ਅਨਸਾਰੀ ਸਾਹਿਬ ਦੇ ਮੁਤਲਕ ਅਲਫਾਜ਼ ਕਹੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਜੇ? ਨਹੀਂ, ਇਟਸ ਵੈਰੀ ਬੈਡ, ਉਹਨੂੰ ਰਿਸਪੈਕਟ ਕਰਨੀ ਚਾਹੀਏ, ਉਹਨੇ ਬਹੁਤ ਬੁਰਾ ਬੋਲਿਆ ਹੈ। ਔਰ ਵੈਸੇ ਵੀ ਜੋ ਜੰਨਤ ਮਿਰਜ਼ਾ ਹੈ, ਅਗਰ ਉਹ ਮੁਸਲਮਾਨ ਹੈ ਤਾਂ ਉਸਕੋ ਇਹ ਅੱਛਾ ਨਹੀਂ ਲੱਗਤਾ ਕਿ ਨਹੀਂ ਦਿੱਤਾ ਕਿ ਉਹ ਇਸ ਤਰ੍ਹਾਂ ਕੀ ਬਾਤ ਕਰੇ ਨਾ। ਜੀ ਤੁਹਾਡੇ ਵਰਗੀ ਲੜਕੀ ਡਾਕਟਰ ਕੋਲ ਗਈ, ਕਹਿੰਦੀ ਮੈਂ ਪਲਾਸਟਿਕ ਸਰਜਰੀ ਕਰਵਾਉਣੀ ਹੈ ਤੇ ਕਿੰਨੇ ਪੈਸੇ ਲੱਗਣਗੇ? ਤੇ ਡਾਕਟਰ ਨੇ ਕਿਹਾ 5 ਲੱਖ। ਤੇ ਅੱਗੋਂ ਕਹਿੰਦੀ ਜੇ ਪਲਾਸਟਿਕ ਸਾਡੇ ਕੋਲ ਆਪਣਾ ਹੋਵੇ ਤੇ ਫਿਰ ਕੀ ਖਾਣ ਡੇ ਜੇ? ਮੈਂ ਕਿਹਾ ਜੇ ਕੋਈ ਹਮਨ ਗੋਲਾ ਖਾ ਰਹੇ ਆ। ਗੋਲਾ ਖਾ ਰਹੇ ਜੇ? ਮੈਂ ਕਿਹਾ ਲੋਕੀ ਗੋਲੀਆਂ ਖਾਂਦੇ ਨੇ, ਤੁਸੀਂ ਗੋਲਾ ਖਾ ਰਹੇ ਜੇ? ਗੋਲੀਆਂ ਵੀ, ਗੋਲੀਆਂ ਕੇ ਸਾਥ ਸਾਥ ਗੋਲਾ ਵੀ ਖਾ ਰਹੇ ਆ। ਮੈਨੂੰ ਤਾਂ ਲੱਗਦਾ ਤੁਹਾਡੇ ਚਿਹਰੇ ਤੇ ਰੌਣਕ ਆ ਗਈ ਖਾ ਰਹੇ। ਜੀ ਜੀ, ਜ਼ਾਹਿਰ ਹੈ ਇੰਜੋਏ ਕਰਨੇ ਆਏ ਤੋ ਇਹ ਗੋਲੀਆਂ ਕੇ ਸਾਥ ਸਾਥ ਗੋਲਾ ਵੀ ਹਮਾਰਾ ਚੱਲ ਰਿਹਾ। ਤੁਹਾਡੇ ਮੇਂ ਤਾਂ ਠੰਡਕ ਪਹੁੰਚ ਗਈ ਹੋਣੀ। ਬਿਲਕੁਲ ਬਿਲਕੁਲ, ਬੰਦਾ ਬਿਲਕੁਲ ਠੰਡਾ ਠਾਰ ਹੋ ਜਾਂਦਾ, ਜਿਵੇਂ ਕਹਿੰਦੇ ਨੇ ਸ਼ਤੂ ਠੰਡਾ ਠਾਰ। ਜੀ ਜੀ ਬਿਲਕੁਲ ਬਿਲਕੁਲ। ਜੰਨਤ ਮਿਰਜ਼ਾ ਨੇ ਬੁਸ਼ਰਾ ਅਨਸਾਰੀ ਸਾਹਿਬਾ ਦੇ ਮੁਤਲਕ ਜੋ ਜ਼ਬਾਨ ਇਸਤੇਮਾਲ ਕੀਤੀ ਹੈ, ਤੁਸੀਂ ਇਹਦੇ ਬਾਰੇ 'ਚ ਕੀ ਕਹਿੰਦੇ ਜੇ? ਸਰ ਮੈਂ ਇਸਕੇ ਬਾਰੇ ਮੈਂ ਯਹੀ ਕਹੂੰਗਾ ਕਿ ਉਸਕੋ ਖੁਦ ਕੋ ਅਗਰ ਇਤਨਾ ਦੀਨ ਔਰ ਇਸਲਾਮ ਕਾ ਨਹੀਂ ਪਤਾ
तो दूसरे को टॉन्ट नहीं करनी चाहिए बिल्कुल भी। और मेरे ख्याल से कि उसको एक टिकटॉक स्टार है, जो उसकी टिकटॉक्स हैं, जिस तरह से उसकी सारी चीज़ें हैं, पहले वो अपने आप में अपने गिरेबान में जा कर देखे कि वो क्या है और क्या कर रही है, और फिर दूसरे को तनकीद करनी चाहिए। बुशरा अंसारी जैसी एक बड़ी अच्छी एक हमारी वो फिल्म इंडस्ट्री से हैं, और सारा उन्होंने इतना एक परफॉर्मेंस इतने सालों से दी है, और मेरा ख्याल ये आज की जो उठ के और ये जो टोपी ड्रामे कर रही हैं जिस तरह से, तो पहले उसको खुद समझना चाहिए कि क्या है और क्या नहीं। माशाल्लाह नज़र इन्हें कमज़ोर लग रही, तुम दोनों लगता काफ़ी तहकीक करते जे। तुसी दे बारे की कहते जे? जन्नत मिर्जा को सोचना चाहिए पहले तो कि वो क्या कर रही है, क्यों कर रही है। सोशल मीडिया पर आना एक आसान काम नहीं है, सब पूरी दुनिया आपको फॉलो कर रही है, तो थोड़ा उसको सोचना चाहिए। जी बिल्कुल ठीक कह रही है जी, तुम्हारे वर्गी कुड़ी होंगी है जेड़ी कहती है मेरे च दो खूबियां ने, एक तो मेरी मैमरी बहुत अच्छी है, तो दूजी मैं गल भुल गई हूँ। हमारे साथ बहुत ही प्यारी लेडी मौजूद हैं, इनसे पूछते हैं कि वो जन्नत मिर्जा के बयान के बारे में क्या कहती हैं। मैं यही कहना चाहूँगी कि जन्नत मिर्जा ने जो अपना बयान दिया है या उन्होंने जो भी बात कही है, वो उन्होंने अच्छा नहीं कहा, क्योंकि मज़हब जो होता है वो सबका एक ही होता है, और रिलीजन्स के बारे में इस तरह नहीं कहना चाहिए, क्योंकि हिंदू हो, क्रिश्चियन हो, जो भी हो मज़हब, वो मज़हब उनका अपना होता है। तो अड्डे वर्गी खातून होंगी है जी, घर जाके दस रही होंगी है कि मैं बाजार गई सा कपड़े लैन वास्ते, उत्थे मैनू जूता पसंद आ गया, तो एंड दे मैं पर्स लैके आ गई हाँ। हाँ जी हाँ, लो जनाब चूंदे बसते रहो। ये मैंने 40 कैद का लिया। 40 कैरेट का लिया? जी जी जी। क्या कहने जनाब, मैं भी लिया सी लेकिन मेरा पर्स किसी ने बाजू ही काट लिया। बहुत बुरा हुआ। बस जनाब मेरे हालात खराब हो गए ने, या मेरे मौला हाथ रखी पैना होला, मैं रिक्शे च बैठन लगे मेरा पाट गया चौला, की दसा तेन जिंदगी ते मैं कि मोड़ ते पहुंच गए, जून दे बसर वो शादर वो बादर वो रज के रोटी खाओ खैरा हो जन। आओ जानू बाबा दे नाल अगे चलिए। लो भाई जन, मैं क्या साढ़े नाल बड़े नॉन हार मौजूद ने जेडे सत रपटी गेंद दे, मैं क्या बादशाह ने, क्या कहने हैं? सलामुलैकुम। वालेकुम सलाम रहमतुल्लाहि व बरकातुहु। माशाल्लाह एडा सलाम लैण दे करोड़ के की वड्डी कमेटी निकल आई। मां सदके जावे, एहो जिहा बंदा आउंदा वा 10 रुपए दे के फकीर नूं कह रहा हुंदा जा मौजा लुट ऐश कर। तशरीफ लैके जांदा लोकां दी वाशिंग मशीन निकल आंदी है, लोकां दी सिलाई मशीन निकल आंदी है, इहदी थ्रैशर मशीन निकल आंदी है। जमशेद बच्चे नाल बड़ी बदकिस्मती हुई, बच्चा शादी वास्ते 40 दिन चिल्ला पढ़दा रहा, बाद दे विच जाके पता लगा जेड़ा चिल्ला पढ़न डेया सी ओ ते सऊदी अरब दा कौमी तराना सी। लो नाजरीन असी लोगों के विचार जाने, तो हर बंद ने एको गल कही है कि जन्नत मिर्जा ने भैड़ा काम किया है, सीनियर आर्टिस्ट की बेअदबी करके वड्डियां दा अदब करना चाहिए, वड्डियां दा एहतराम करना चाहिए। तो लो भा जी आलू छोले आ गए ने, तो मैं क्या जी एडे करारे तो जबरदस्त, तुसी घर बह के खाओ, ये रेड़ी किसे दी है, ऐवें ना मुँह च पानी लियाओ, तो तुहाडे नाल मुलाकात होएगी मस्खरिया चैनल ते जानू बाबा दे नाल।